ਅਮਰੀਕਾ ਦੇ ਜਲਾਲਾਬਾਦ ਦੇ ਪਿੰਡ ਤਾਰੇਵਾਲਾ ਦੇ ਵਿੱਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਇੱਕ ਵਿਅਕਤੀ ਦੀ ਕਰੰਟ ਲੱਗਣ ਕਰਕੇ ਮੌਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਸ ਦੀ ਮਾਤਾ ਜੋ ਕਿ ਇਸ ਦਾ ਦੁੱਖ ਨਾ ਸਹਾਰ ਸਕੀ ਉਸ ਦੀ ਵੀ ਮੌਤ ਹੋ ਗਈ। ਇੱਥੇ ਹੀ ਬਸ ਨਹੀਂ ਦੁੱਖਾਂ ਦਾ ਪਹਾੜ ਪਰਿਵਾਰ ਤੇ ਉਸ ਵੇਲੇ ਹੋਰ ਟੁੱਟ ਗਿਆ ਜਦੋਂ ਅਗਲੇ ਹੀ ਦਿਨ ਮ੍ਰਿਤਕ ਵਿਅਕਤੀ ਦੀ ਨੌਜਵਾਨ ਧੀ ਦੀ ਵੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਪਹਿਲਾਂ ਮਾਂ ਇਹ ਦੁੱਖ ਨਹੀਂ ਸਹਾਰ ਸਕੀ ਅਤੇ ਬਾਅਦ ਵਿੱਚ ਧੀ ਕੋਲੋਂ ਵੀ ਆਪਣੇ ਪਿਤਾ ਦੀ ਮੌਤ ਦਾ ਦੁੱਖ ਬਰਦਾਸ਼ਤ ਨਹੀਂ ਹੋਇਆ। ਜਾਣਕਾਰੀ ਮੁਤਾਬਕ ਪਿੰਡ ਤਾਰੇਵਾਲ ਦਾ ਰਹਿਣ ਵਾਲਾ ਮੰਗਤ ਸਿੰਘ ਉਰਫ ਮੰਗੂ ਪੁੱਤਰ ਜਗਤਾਰ ਸਿੰਘ ਜਦ ਆਪਣੇ ਘਰ ਦੇ ਵਿੱਚ ਲੱਗੇ ਹੋਏ ਟੁੱਲੂ ਪੰਪ ਨੂੰ ਚਲਾਉਣ ਲੱਗਿਆ ਤਾਂ ਅਚਾਨਕ ਉਸਨੂੰ ਕਰੰਟ ਲੱਗ ਗਿਆ, ਜਿਸ ਤਰ੍ਹਾਂ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਹੀ ਉਸਦੀ ਮਾਤਾ ਅਤੇ ਅਗਲੇ ਦਿਨ ਉਸਦੀ ਧੀ ਦੀ ਵੀ ਮੌਤ ਹੋਈ ਹੈ। ਪਿੰਡ ਦੇ ਵਿੱਚ ਇਸ ਵੇਲੇ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕੰਬੋਜ ਗੋਲਡੀ ਵੀ ਮੌਕੇ 'ਤੇ ਪਹੁੰਚੇ। ਮਾਤਾ ਜੀ ਨੂੰ ਕੀ ਹੋਇਆ? ਮਾਤਾ ਵੀ ਬਸ ਉਹਦਾ ਹੁੰਕਾ ਲੈ ਗਈ ਪੁੱਤਰ ਦਾ। ਅੱਛਾ, ਮਾਤਾ ਜੀ ਦੀ ਡੈਥ ਹੋ ਗਈ? ਬਿਮਾਰ ਰਹਿੰਦੀ ਹੋਈ, ਉਹਨੇ ਪੁੱਤਰ ਨੂੰ ਲੈ ਕੇ ਜਾਂਦਾ ਸੀ ਸਾਰਾ ਕੁਝ, ਇਕੱਠੇ ਇੱਕੋ ਚੁੱਲ੍ਹੇ 'ਤੇ ਸਰ ਬਠਿੰਡੇ ਦਵਾਈ ਲੈਣੀ ਹੋਈ ਜਾਂਦਾ ਸੀ ਉਹਦੇ ਨਾਲ। ਅੱਛਾ ਜੀ, ਹਾਂਜੀ। ਅਤੇ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਿਆ ਕਿ ਅੱਜ ਬੇਟੀ ਨੇ ਵੀ ਬੇਟੀ ਵੀ ਅੰਦਰ ਦਾ ਹੌਂਕਾ ਲੈ ਗਈ ਜੀ, ਉਹ ਵੀ ਅੱਜ ਕੱਲ੍ਹ ਉਹ ਗੁਜ਼ਰ ਗਿਆ, ਉਹਦਾ ਨਾਲ ਉਹਨਾਂ ਡਿੱਗ ਪੀ ਗਈ ਤਾਂ ਵਿਚਾਰੀ। ਉੱਥੇ ਜਿਹੜਾ ਭਾਣਾ ਵਰਤਿਆ ਪ੍ਰੇਮ ਸਿੰਘ ਦੇ ਘਰ ਨਾਲ ਬਹੁਤ ਮਾੜਾ ਵਰਤਿਆ ਜੀ, ਅਤੇ ਇੱਕ ਪੁੱਤਰ, ਇੱਕ ਮਾਤਾ, ਇੱਕ ਲੜਕੀ, ਉਸ ਤੋਂ ਬਾਅਦ ਇੱਕ ਲੜਕਾ ਰਹਿ ਗਿਆ। ਸਰਕਾਰ ਵੱਲੋਂ ਇਹਨਾਂ ਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਵੇ ਜਾਂ ਮੁੰਡੇ ਨੂੰ ਨੌਕਰੀ ਦਿੱਤੀ ਜਾਵੇ, ਮੁੰਡਾ ਪੜ੍ਹਿਆ ਲਿਖਿਆ ਮੁੰਡਾ। ਅਤੇ ਅੱਜ ਜੇ MLA ਜਗਦੀਪ ਸਿੰਘ ਗੋਲਡੀ ਕੰਬੋਜ ਵੀ ਆਏ ਸੀ, ਉਹਨਾਂ ਨੇ ਕੀ ਪਰਿਵਾਰ ਨੂੰ ਆਏ ਸੀ? ਪਰ ਇਹਨਾਂ ਨੂੰ ਪਤਾ ਮੈਂ ਆਇਆ ਨਹੀਂ ਸੀ ਇੱਥੇ। ਅੱਛਾ, ਅਤੇ ਬੇਟਾ ਕਿੰਨੀਆਂ ਪੜ੍ਹਿਆ ਹੋਇਆ? ਬੇਟਾ ਅੱਧਾ ਸੀ, ਕਿੰਨਾ ਪੜ੍ਹਿਆ? ਪਲੱਸ ਟੂ ਕੀਤੀ ਹੈ। ਪਲੱਸ ਟੂ ITI ਵੀ ਕੀਤੀ ਹੈ। ਅੱਛਾ, ਪਲੱਸ ਟੂ ITI ਕੀਤੀ ਹੈ। ਅਤੇ ਇਹ ਜਦੋਂ ਘਰ ਹੋਇਆ, ਯਾਨੀ ਕਿ ਪਤਾ ਹੀ ਨਹੀਂ ਲੱਗਿਆ ਯਕਦਮ? ਪਤਾ, ਸੁੱਤੇ ਸੀ ਸਾਰੇ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।